ਅਸਲਾਮ ਅਲੈਕੁਮ, ਆਪਣਾ ਪਾਕਿਸਤਾਨ ਯੂਟਿਊਬ ਚੈਨਲ 'ਚ ਖੁਸ਼ ਆਮਦੀਦ ਜੀ। ਦੋਸਤੋ, ਅਸੀਂ ਇਸ ਵੇਲੇ ਮੌਜੂਦ ਹਾਂ ਜੀ ਲੱਕੀ ਟਰੈਕਟਰ ਸ਼ੋਰੂਮ 'ਤੇ, ਜਿਹੜਾ ਕਿ ਬੁਰਾਕ ਕੰਪਨੀ ਦਾ ਸ਼ੋਰੂਮ ਹੈ। ਇੱਥੇ ਤੁਸੀਂ ਦੇਖ ਸਕਦੇ ਹੋ 100 ਹਾਸ ਪਾਵਰ ਅਤੇ ਇੱਧਰ 85 ਹਾਸ ਪਾਵਰ ਨਵਾਂ ਟਰੈਕਟਰ ਲਾਂਚ ਹੋ ਚੁੱਕਿਆ ਜੀ, ਨਵਾਂ ਮਾਡਲ। ਇਹਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰ ਦਿੱਤੀਆਂ ਨੇ ਕੰਪਨੀ ਨੇ, 40-85 ਜਿਹੜਾ ਪੁਰਾਣਾ ਸੀ ਉਹਨੂੰ ਅਪਡੇਟ ਕਰ ਦਿੱਤਾ। ਤਬਦੀਲੀਆਂ ਤੁਹਾਨੂੰ ਦੱਸਦੇ ਹਾਂ ਜੀ, ਜਿਸ ਤਰ੍ਹਾਂ ਦੀ ਡਿਮਾਂਡ ਸੀ ਜ਼ਿਮੀਂਦਾਰਾਂ ਦੀ ਉਹੀ ਮਾਡਲ ਆ ਚੁੱਕਿਆ। ਸ਼ੇਪ ਤੁਸੀਂ ਦੇਖ ਲਓ ਟਰੈਕਟਰ ਦੀ, ਔਰ ਇਹਦੇ 'ਚ ਇੰਜਣ ਔਰ ਬਾਕੀ ਵੀ ਤਬਦੀਲੀਆਂ ਦੱਸਦੇ ਹਾਂ। ਤਾਰਕ ਨਵੀਦ ਸਾਹਿਬ ਹੈ ਪੰਜਾਬ ਟਰੈਕਟਰ ਵਾਲੇ ਨਾਲ, ਮੁਹੱਬਤ ਅਲੀ ਵਾਲਾ ਸਾਹਿਬ ਹੈ ਆਪਣਾ ਚੈਨਲ ਪੀ ਕੇ, ਅਤੇ ਬੁਰਾਕ ਕੰਪਨੀ ਵੱਲੋਂ ਜੀ ਸਾਡੇ ਨਾਲ ਕਰਨਲ ਰਾਓ ਮੁਹੰਮਦ ਯੂਨਸ ਸਾਹਿਬ ਹੈ ਜੀ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅਸਲਾਮ ਅਲੈਕੁਮ ਸਰ ਜੀ। ਅਸਲਾਮ ਅਲੈਕੁਮ ਸਰ, ਸਭ ਤੋਂ ਪਹਿਲਾਂ ਆਪਣਾ ਤਾਰਫ ਕਰਵਾਇਓ, ਜਿਹੜਾ ਨਵਾਂ ਮਾਡਲ ਹੈ ਅੱਜ ਲਾਂਚ ਹੋਇਆ ਹੈ, ਇਹਦੇ ਬਾਰੇ ਸਾਨੂੰ ਦੱਸੋ ਇਹਦੇ ਕੀ ਕੀ ਤਬਦੀਲੀਆਂ ਨੇ, ਪਹਿਲਾਂ ਤਾਰਫ ਕਰਵਾਓ ਜੀ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਪਹਿਲੇ ਤਾਂ ਮੈਂ ਤਮਾਮ ਕਿਸਾਨ ਭਰਾਵਾਂ ਨੂੰ ਸਲਾਮ ਅਰਜ਼ ਕਰਨਾ। ਫਿਰ ਅੱਜ ਸੇ ਕੁਛ ਅਰਸਾ ਪਹਿਲੇ ਹਮ ਲੋਕ ਇਸ ਟਰੈਕਟਰ ਕੋ ਇੱਕ ਆਰਫ ਵਾਲਾ ਲੈ ਕੇ ਗਏ ਜੀ ਜੀ, ਔਰ ਵਾਂ ਇੱਕ ਮੇਲੇ ਗਿਆ ਤਾਂ ਸ਼ਿਰਕਤ ਕੀ। ਜਦੋਂ ਆਰਫ ਵਾਲੇ ਲੈ ਕੇ ਗਏ ਤਾਂ ਉੱਥੇ ਜਨਾਬ ਉਹਨਾਂ ਨੇ ਕੁਛ ਆਬਜ਼ਰਵੇਸ਼ਨ ਸਾਨੂੰ ਦਿੱਤੀਆਂ ਜੀ, ਕੁਛ ਆਪਣੇ ਉਹਨਾਂ ਨੇ ਖਾਹਿਸ਼ ਦਾ ਇਜ਼ਹਾਰ ਕੀਤਾ ਸਹੀ ਕਿ ਜੀ ਇਹ ਇੱਕ ਸ਼ਕਲ ਤਾਂ ਬੜੇ ਅਰਸੇ ਦੀ ਚੱਲ ਰਹੀ ਹੈ ਟਰੈਕਟਰ ਦੀ, ਇਹਦੀ ਸ਼ਕਲ ਚੇਂਜ ਕਰੋ। ਠੀਕ ਹੋ ਗਏ, ਅਸਾਂ ਉਹਦੇ ਉੱਤੇ ਸੋਚ ਵਿਚਾਰ ਕੀਤਾ ਅਤੇ ਫਿਰ ਅਸਾਂ ਜੋ ਇਸ ਨਤੀਜੇ 'ਚ ਪਹੁੰਚੇ ਕਿ ਵਾਕਈ ਇੱਕ ਇਨਸਾਨ ਅਗਰ ਇੱਕੋ ਹੀ ਰੰਗ ਦੇ ਕੱਪੜੇ ਪਾਏ ਰੱਖੇ ਤਾਂ ਕਦੇ ਵੀ ਨਹੀਂ ਉਹ, ਹਰ ਬੰਦਾ ਕਹੇਗਾ ਜੀ ਅੱਜ ਪੈਂਟ ਸ਼ਰਟ ਦੂਸਰੀ ਹੋਣੀ ਚਾਹੀਦੀ ਹੈ, ਸ਼ਲਵਾਰ ਕਮੀਜ਼ ਦੂਸਰੇ ਕਲਰ ਦੀ ਹੋਣੀ ਚਾਹੀਦੀ, ਹਰ ਰੋਜ਼ ਕਦੇ ਵੀ ਇੱਕ ਬੰਦਾ ਇੱਕ ਕੱਪੜੇ ਨਹੀਂ ਪਾਉਂਦਾ। ਇਸੇ ਤਰ੍ਹਾਂ ਅਸਾਂ ਕਿਹਾ ਫਿਰ ਹੁਣ ਟਰੈਕਟਰ ਦੇ ਕੱਪੜੇ ਵੀ ਅਸੀਂ ਚੇਂਜ ਕਰਨੇ ਆ, ਉਹਦੇ ਜਿੰਨੇ ਵੀ ਸ਼ੀਟ ਮੈਟਲ ਹੈ ਉਹ ਅਸਾਂ 40-85 ਬੁਰਾਕ 4 ਸਿਲੰਡਰ 85 ਹਾਰਸ ਪਾਵਰ। ਠੀਕ ਹੈ ਜੀ, 2 ਵੀਲ ਡਰਾਈਵ ਵੀ ਹੈ ਅਤੇ 4 ਵੀਲ ਡਰਾਈਵ ਵੀ। ਠੀਕ ਹੋ ਗਿਆ ਜੀ, ਇਸੇ ਤਰ੍ਹਾਂ ਬੁਰਾਕ 4 ਸਿਲੰਡਰ 100 ਹਾਰਸ ਪਾਵਰ। ਠੀਕ ਹੋ ਗਿਆ ਜੀ, ਇਹ 2 ਵੀਲ ਡਰਾਈਵ ਹੈ, ਇਹਦੇ ਨਾਲ ਹੀ ਇਸੇ ਮਿਰਚ 4 ਵੀਲ ਡਰਾਈਵ ਵੀ ਹੈ। ਅੱਛਾ, ਇਹ ਇੰਜਨ ਟਰਬੋ ਦੇ ਨਾਲ ਹੈ, ਇਹ ਬਗੈਰ ਟਰਬੋ ਦੇ? ਇਹਦੇ ਵਿੱਚ ਟਰਬੋ ਲਾਤਾ ਹੋਇਆ ਜੀ, ਇਹ ਬਗੈਰ ਟਰਬੋ ਦੇ। ਠੀਕ ਹੋ ਗਿਆ ਜੀ, ਉਹਦੇ ਬਾਅਦ ਪਹਿਲੀ ਤਬਦੀਲੀ ਹੈ ਜੀ, ਸ਼ੋ ਚੇਂਜ ਕਰ ਦਿੱਤੀ ਹੈ ਜੀ, ਡਿਜ਼ਾਈਨ ਕੰਪਲੀਟ ਸ਼ੋ ਜਿਹੜੀ ਹੈ ਅਸਾਂ ਫਿਰ ਰਿਪਲੇਸ ਕਰਤੀ। ਠੀਕ ਹੋ ਗਿਆ ਜੀ, ਕਿਉਂਕਿ ਉਸਨੂੰ ਅਸਾਂ ਆਪਣੇ ਹਿਸਾਬ ਨਾਲ ਜੋ ਜੋ ਕਿਸਾਨ ਦੀ ਖਾਹਿਸ਼ਾਂ ਸਨ ਸਹੀ ਉਹ ਰਿਪਲੇਸ ਚੇਂਜ ਕੀਤਾ। ਇਹ ਅਗਰ ਤੁਸੀਂ ਦੇਖੋਗੇ ਤਾਂ ਪੂਰਾ ਪਲੇਟਫਾਰਮ। ਠੀਕ ਹੋ ਗਿਆ ਜੀ, ਯਾਨੀ ਕਿਤਨਾ ਖੂਬਸੂਰਤ ਵੀ ਹੋ ਗਿਆ, ਔਰ ਡਰਾਈਵਰ ਵਾਸਤੇ ਔਰ ਉਹਦੇ ਨਾਲ ਜਿਹੜੇ ਲੋਕ ਬੈਠੇ, ਯਾਨੀ 2 ਸੀਰੀਜ਼ ਨੂੰ 3 ਦੇ ਵਿੱਚ ਕਨਵਰਟ ਕਰ ਦਿੱਤਾ, ਉਸ ਨੂੰ ਅਸਾਂ ਇੱਕ ਨਿਆ ਇੱਕ ਟੱਚ ਦੇ ਕੇ। ਠੀਕ ਹੋ ਗਿਆ ਜੀ, ਨਈ ਮਜ਼ਬੂਤੀ ਵੀ ਦੇ ਕੇ ਔਰ ਨਈ ਚੀਜ਼ਾਂ ਵੀ ਲਗਾ ਕੇ ਸਹੀ ਉਹ ਸਾਰਾ ਪਲੇਟਫਾਰਮ ਚੇਂਜ ਕਰਕੇ, ਤਾਂ ਕਿ ਉਸਦੇ ਨਾ ਕੱਪੜਿਆਂ ਦੇ ਵਿੱਚ ਕੋਈ ਚੀਜ਼ ਆਏ, ਨਾ ਪੈਰਾਂ ਦੇ ਵਿੱਚ ਕੋਈ ਐਸੀ ਚੀਜ਼ ਰੁਕਾਵਟ ਆਏ ਸਹੀ, ਨਾਲ ਉਹ ਅਗਰ ਕੋਈ ਚੀਜ਼ ਨਾਲ ਰੱਖਣਾ ਚਾਹੁੰਦਾ ਹੈ, ਕੋਈ ਛੋਟੀ ਮੋਟੀ ਖਾਦ ਦੀ ਬੋਰੀ ਰੱਖਦਾ ਹੈ, ਗੰਦਮ ਦੀ ਬੋਰੀ ਰੱਖਦਾ ਹੈ, ਉਹ ਲਿਜਾ ਸਕਦਾ ਹੈ। ਸਲੰਸਰ ਵੀ ਚੇਂਜ ਹੋ ਗਿਆ ਸਰ, ਸਲੰਸਰ ਸਿਲੰਡਰ ਸਲੰਸਰ ਦੀ ਸ਼ੇਪ ਚੇਂਜ ਕਰਤੀ। ਠੀਕ ਹੋ ਗਿਆ, ਇਸੇ ਤਰ੍ਹਾਂ ਇਸ ਦਾ ਸਭ ਬਾਕੀ ਫਿਰ ਅੰਦਰੋਂ ਜਿਹੜਾ ਇਹਦਾ ਇੰਜਨ ਹੈ ਜੀ, ਉਹ ਤਕਰੀਬਨ ਸਾਰੀ ਚੀਜ਼ਾਂ ਇੰਪੋਰਟਡ ਸ਼ੁਰੂ ਕਰ। ਠੀਕ ਹੋ ਗਿਆ ਜੀ, ਇਸੇ ਤਰ੍ਹਾਂ ਇਹਦੀ ਗ੍ਰਿਲ ਜਿਹੜੀ ਸੀ ਉਹ ਚੇਂਜ ਕਰਤੀ ਸਹੀ, ਟੈਂਕੀਆਂ ਦੀ ਪਿੱਛੇ ਲੈ ਮੇਨ ਮੇਨ ਇਹਦਾ ਜਿਹੜਾ ਬੁਰਾਕ ਲੋਗੋ ਜਿਹੜਾ ਸੀ ਇਹ ਇੱਕ ਸਪੈਸ਼ਲ ਡਿਜ਼ਾਈਨ ਕਰਵਾ ਕੇ ਅਸਾਂ ਮੰਗਾਇਆ। ਠੀਕ ਹੈ ਜੀ, ਫਿਰ ਇਹ ਇੱਕ ਅਸਾਂ ਪ੍ਰੋਵੀਨ ਦਿੱਤੀ ਕਿ ਅਗਰ ਕਿਸਾਨ ਨੂੰ ਜ਼ਰੂਰਤ ਹੋਏਗੀ ਤਾਂ ਇੱਥੇ ਉਹ 260 ਕਿਲੋ ਵਜ਼ਨ ਇੱਥੇ ਲਾ ਸਕਦਾ। ਸਹੀ ਹੋ ਗਿਆ ਜੀ, ਪਿੱਛੇ ਵੀਲ ਦੇ ਅੰਦਰ ਜਾ ਕੇ ਲਗਾਏਗਾ ਤਾਂ 240 ਕਿਲੋ ਯਾਨੀ 500 ਕਿਲੋ ਵਜ਼ਨ ਹੋਰ ਐਡ ਹੋ ਸਕਦਾ ਹੈ ਅਗਰ ਉਸਨੂੰ ਜ਼ਰੂਰਤ ਹੈ। ਠੀਕ ਹੈ ਜੀ, ਅੱਛਾ ਫਿਰ ਇਹਦੇ ਬਾਅਦ ਅਸੀਂ ਕੀ ਕੀਤਾ, ਟੈਂਕੀ ਇਹ ਜਿਹੜਾ ਜਗ੍ਹਾ ਜੀ ਇਹਦੇ ਵਿੱਚ ਇਹ ਦੇਖੋਗੇ ਕਿ ਪਹਿਲੇ ਇਹ ਫਿਊਲ ਟੈਂਕ ਇੱਥੇ ਹੈਗਾ ਸੀ ਜੀ ਜੀ,
ਉਸ ਫਿਊਲ ਟੈਂਕ ਦੀ ਵਜ੍ਹਾ ਨਾਲ ਕੀ ਹੁੰਦਾ ਸੀ ਕਿ ਰੈਡੀਏਟਰ ਉੱਤੇ ਡਾਇਰੈਕਟ ਹਵਾ ਨਹੀਂ ਆਉਂਦੀ ਸੀ, ਸਹੀ, ਬਲਕਿ ਥੋੜ੍ਹਾ ਜਿਹਾ ਫਾਸਲਾ ਆਉਂਦਾ ਸੀ ਤਕਰੀਬਨ 2 ਇੰਚ ਦਾ, ਠੀਕ ਹੈ ਜੀ, ਉਹਦੀ ਵਜ੍ਹਾ ਨਾਲ ਪਾਣੀ ਗਰਮ ਹੋ ਜਾਂਦਾ ਸੀ, ਸਹੀ, ਸਰਕੂਲੇਸ਼ਨ ਪਾਣੀ ਦੀ ਗਰਮ ਰਹਿੰਦੀ ਸੀ, ਉਸ ਨੂੰ ਅਸਾਂ ਕੀ ਕੀਤਾ ਕਿ ਇਹ ਰੇਡੀਏਟਰ ਆਪਣਾ ਫਿਊਲ ਟੈਂਕ ਕੱਢ ਕੇ ਇਹ ਥੱਲੇ ਲਗਾ ਦਿੱਤਾ। ਲਓ ਜੀ, ਇਹ ਚੈੱਕ ਕਰੋ ਜੀ, ਟੈਂਕੀ ਥੱਲੇ ਫਿਊਲ ਟੈਂਕ ਦੀ 115 ਲੀਟਰ ਦੀ ਤਕਰੀਬਨ ਇਹ ਟੈਂਕੀ ਅਸਾਂ ਇੱਥੇ ਬਣਾ ਦਿੱਤੀ ਹੈ। ਇੱਥੇ 90 ਲੀਟਰ, 85 ਹਾਰਸ ਪਾਵਰ ਦੇ ਵਿੱਚ ਜਿਹੜੀਆਂ ਤਬਦੀਲੀਆਂ ਨੇ ਉਹ ਤੁਹਾਨੂੰ ਦੱਸ ਰਹੇ। ਹਾਂਜੀ, ਪਹਿਲੇ ਤੁਸੀਂ 100 ਦੇਖਿਆ ਸੀ? ਨਹੀਂ, 100 ਤੋਂ ਨਹੀਂ, ਉਹ ਦੱਸ ਰਹੇ ਕਿ ਉਹ 100 ਹਾਰਸ ਪਾਵਰ ਚੁੱਕੇ ਪਹਿਲੇ ਬਣਦਾ ਹੀ ਨਹੀਂ ਸੀ ਪਾਕਿਸਤਾਨ 'ਚ। ਜੀ ਜੀ, ਉਹ ਪਹਿਲੀ ਵਾਰੀ ਅਸਾਂ ਬਣਾਇਆ। ਠੀਕ ਹੋ ਗਿਆ ਜੀ, ਔਰ ਬਹੁਤ ਅੱਛਾ ਰਿਸਪਾਂਸ ਜ਼ਿੰਮੇਦਾਰਾਂ ਦਾ ਹੈ। ਅੱਛਾ ਕਰਨਲ ਸਾਹਿਬ, ਇਹ ਜਿਹੜੀ ਟੈਂਕੀ ਹੈ, ਇਹ ਟੈਂਕੀ ਦਾ ਫਿਰ ਅਸਾਂ ਕੀ ਕੀਤਾ ਕਿ ਇਸ ਨੂੰ ਇੱਕ ਤਾਂ ਸੇਫ ਕਰਤਾ, ਉੱਤੋਂ ਵੀ ਥੱਲੋਂ ਵੀ ਪੂਰਾ ਫਰੇਮ ਲਗਾ ਕੇ, ਸ਼ੀਟਾਂ ਲਗਾ ਕੇ, ਫਿਰ ਇਹਨੂੰ ਲੌਕ ਵੀ ਕਰਤਾ। ਕਹਿੰਦੇ ਇੱਕ ਚਾਬੀ ਲਏ ਕਿਸਾਨ, ਤੇਲ ਪਾਉਣਾ ਉਸ ਵਕਤ ਵੀ, ਔਰ ਤੇਲ ਜਦੋਂ ਜਾ ਕੇ ਖੜੀ ਕਰਕੇ, ਕਿਉਂਕਿ ਖੇਤ 'ਚ ਹੈ, ਕੋਈ ਚੋਰੀ ਨਾ ਕਰੇ, ਕੋਈ ਕੱਢ ਨਾ ਲਏ, ਕੋਈ ਜ਼ਾਇਆ ਨਾ ਕਰੇ, ਉਸ ਵਾਸਤੇ ਉਹਨਾਂ ਨੇ ਇੱਕ ਪੱਕੀ ਚਾਬੀ ਲਗਾ ਕੇ ਇਸ ਦੀ ਟਰੈਕਟਰ ਦੀ ਸਟਾਰਟਿੰਗ ਕੀ ਵੀ ਅਤੇ ਇਹ ਵੀ। ਅੱਛਾ ਕਰਨਲ ਸਾਹਿਬ, ਇਹ ਟੈਂਕੀ ਜਿਹੜੀ ਅੱਗੇ ਨਾਲੋਂ ਥੱਲੇ ਬਿਹਤਰ ਹੈ ਜਾਂ ਅੱਗੇ ਬਿਹਤਰ ਹੈ, ਕਿਹੜੀ ਜਗ੍ਹਾ? ਨਹੀਂ ਦੇਖੋ, ਅੱਗੇ ਇਸ ਵਾਸਤੇ ਨਹੀਂ ਸੀ ਬਿਹਤਰ ਕਿ ਅੱਗੇ ਇਸ ਸਾਰਾ ਜਗ੍ਹਾ ਰੋਕ ਲਏ। ਠੀਕ ਹੈ ਬਈ, ਕੋਈ ਵੀ ਚੀਜ਼ ਹੋਏਗੀ ਜਦੋਂ ਤੱਕ ਬਈ, ਕੋਈ ਮੈਨੂੰ ਦੱਸ ਦਿਓ ਗੱਡੀ, ਕੋਈ ਕਾਰ, ਕੋਈ ਐਸੀ ਚੀਜ਼, ਟਰੱਕ, ਕੋਈ ਵੀ ਜਿੱਥੇ ਵਿੱਚ ਸਾਹਮਣੇ ਫਿਊਲ ਟੈਂਕ ਹੋਏ ਔਰ ਪਿੱਛੇ ਟੈਂਕੀ ਹੋਏ, ਆਪਣਾ ਇੰਜਨ ਹੋਏ, ਸਹੀ, ਅਸਲ ਤਾਂ ਸਾਰਾ ਕੰਮ ਇੰਜਨ ਦਾ ਕਰਨਾ ਨਾ। ਇਹਦੇ 'ਚ ਕਈ ਜ਼ਿੰਮੇਦਾਰੇ ਕਹਿੰਦੇ ਆ ਕਿ ਕਾਰ ਨੇ ਸਪੀਡ ਨਾਲ ਚੱਲਣਾ, ਉਹਨੂੰ ਹਵਾ ਮਿਲਦੀ ਹੈ, ਟਰੈਕਟਰ ਨੇ ਖੜਾ ਹੋਣਾ, ਉਸਨੇ ਆਪਣੇ ਹਿਸਾਬ ਨਾਲ ਚੱਲਣਾ। ਹਾਂਜੀ, ਇਸ ਨੇ ਆਪਣੇ ਹਿਸਾਬ ਨਾਲ ਚੱਲਣਾ, ਚੱਲਣਾ ਦੋਵਾਂ ਨੇ। ਠੀਕ ਹੋ ਗਿਆ ਜੀ, ਠੀਕ ਹੈ ਨਾ ਜੀ, ਉਹਦਾ ਕੀ ਹੋਏਗਾ, ਕੋਈ ਹਵਾ ਵੀ ਮਿਲੇਗੀ। ਜੀ ਜੀ, ਫਿਰ ਉਹ ਜਿਹੜੇ ਪਹਿਲੇ ਗਰਮ ਹਵਾ ਇੱਥੇ ਆਉਂਦੀ ਸੀ ਤਾਂ ਅਸਾਂ ਸ਼ੀਲਡਾਂ ਲਾਤੀਆਂ, ਸਹੀ ਹੋ ਗਿਆ ਜੀ, ਕਿ ਜੋ ਉਹਦੇ ਪੈਰਾਂ ਨੂੰ ਗਰਮ ਹਵਾ ਨਾ ਲੱਗੇ। ਹਾਂਜੀ, ਡਰਾਈਵਰ ਜਿਹੜਾ ਉਹ ਤਗੋ ਇਤਮਾਨ ਨਾਲ, ਸਕੂਨ ਦੇ ਨਾਲ ਉਹਨੂੰ ਕਵਰ ਕਰ ਦਿੱਤਾ, ਬਿਹਤਰ, ਯਾਨੀ ਉਸਨੂੰ ਚਲਾਉਣ ਦੇ ਵਿੱਚ ਮਜ਼ਾ ਵੀ ਆਏ, ਸਹੀ, ਜ਼ਿਆਦਾ ਦੇਰ, ਵਰਨਾ ਹਰ ਥੋੜ੍ਹੀ ਦੇਰ ਬਾਅਦ ਪੈਰ ਜਲ ਗਏ, ਸਹੀ, ਉਹ ਗਰਮ ਬਹੁਤ ਹੋ ਗਈ, ਸਾਰੇ ਵਿੱਚ ਕੱਪੜੇ ਲਾ ਦੇ ਹੋਏ। ਹਾਂਜੀ, ਇਹਦੇ 'ਚ ਹੋਰ ਰਾਏ ਆਈ ਸੀ ਕਿ ਅਗਰ ਇੱਥੇ ਗਲਾਸ ਲੱਗ ਜੇ ਤਾਂ ਕਿ ਅੱਗੋਂ ਫਰੰਟ 'ਤੇ ਨਜ਼ਰ ਵੀ ਆਉਂਦਾ ਰਹੇ, ਉਹ ਵੀ ਥੋੜ੍ਹਾ ਜਿਹਾ, ਕਿਉਂਕਿ ਉੱਤੇ ਬੈਠਾ ਨਾ, ਇੱਥੇ ਤਾਂ ਨਹੀਂ ਬੈਠਾ ਹੋਇਆ। ਠੀਕ ਹੋ ਗਿਆ ਜੀ, ਉਦੋਂ ਉੱਤੇ ਬੈਠਾ, ਦੇਖ ਲਾਂਗੇ, ਵਕਤ ਆਏਗਾ, ਕੋਈ ਨਾ ਕੋਈ ਸ਼ੀਟ ਐਸੀ ਤੁਹਾਡੀ ਆ ਜਾਏਗੀ, ਇਜਾਦ ਹੋ ਜਾਏਗੀ, ਉਹ ਸ਼ੀਟ ਤੁਹਾਨੂੰ ਕ੍ਰਿਸਟਲ ਸ਼ੀਟ ਹੋਏਗੀ, ਜਿਹਨੂੰ ਬਾਹਰ ਆ ਕੇ ਬਾਹਰ ਨਜ਼ਰ ਆਉਂਦਾ ਰਹੇਗਾ, ਔਰ ਉਹਦੇ ਉੱਤੇ ਹੀਟ ਦਾ ਫਰਕ ਵੀ ਨਹੀਂ ਪਏਗਾ। ਹਾਂਜੀ, ਉਹ ਇਨਸਾਨ ਨੂੰ ਜ਼ਿਹਨੀ ਤੌਰ 'ਤੇ ਵੀ ਤਿਆਰ ਹੋਣਾ ਚਾਹੀਦਾ ਕਿ ਕਿਹੜੀ ਬਿਹਤਰ ਚੀਜ਼ ਆ ਰਹੀ ਜਿਹਨੂੰ ਅਸੀਂ ਆਪਣੇ ਟਰੈਕਟਰ ਦੇ ਵਿੱਚ ਇਸਤੇਮਾਲ ਕਰਨਾ। ਇਹ ਕੈਨੋਪੀ ਹੁਣ ਅਸੀਂ ਫ੍ਰੀ ਦੇ ਦਿੱਤੀ ਹੋਈ ਹੈ ਸਰ। ਇੰਜਣ ਇਹਦੇ 'ਚ ਇਹ ਪਰਕਨ ਦਾ ਇੰਜਣ, ਪਰਕਨ ਇੰਜਣ, ਪਰਕਨ ਇੰਜਣ ਟੈਕਨੋਲੋਜੀ ਹੈ। ਠੀਕ ਹੈ ਜੀ, ਉਸ ਦੇ ਬੈਸਟ ਟੈਕਨੋਲੋਜੀ, ਯਾਨੀ 385 ਵਾਲਾ ਇੰਜਣ ਨਹੀਂ ਹੈ? ਨਹੀਂ, ਉਸ ਤੋਂ ਚੇਂਜ ਹੈਗਾ, ਚੇਂਜ ਇੰਜਣ ਹੈ ਜੀ, ਇਹਦੇ ਵਿੱਚ ਇਹਦੀ ਕੂਲਿੰਗ ਸਿਸਟਮ ਚੇਂਜ ਹੈਗਾ। ਸਹੀ ਹੋ ਗਿਆ, ਉਹਦੇ ਬਾਅਦ ਉਸ ਨੂੰ ਜਿਹੜਾ ਸਪਲੈਸ਼ ਸਿਸਟਮ ਹੈ ਚੇਂਜ ਹੈਗਾ। ਇਹ ਤੁਸੀਂ ਦੇਖ ਸਕਦੇ ਹੋ ਜੀ, ਬਲਾਕ ਜਿਹੜਾ ਹੈ ਇਹ ਬਾਹਰ ਦਾ, ਔਰ ਬਾਕੀ ਜਿਹੜਾ ਜੀ ਮਜ਼ੀਦ ਇਹ ਸੰਸ ਜਿਹੜਾ ਇਹਦੇ ਵਿੱਚ ਹੁਣ ਅਸਾਂ ਆਇਲ ਵੀ ਵਧਾ ਦਿੱਤਾ ਹੈ, ਸਹੀ, ਤਾਂ ਕਿ ਜਿੰਨਾ ਆਇਲ ਜ਼ਿਆਦਾ ਹੋਏਗਾ ਉਹਨਾਂ ਕੂਲਿੰਗ ਬਿਹਤਰ ਹੋਏਗੀ, ਵਧੀਆ ਹੋ ਗਿਆ, ਇਹਦੀ ਲੁਬਰੀਕੇਸ਼ਨ ਬਿਹਤਰ ਹੋਏਗੀ। ਇਹ ਕਿੰਨਾ ਆਇਲ ਜੀ ਕਰ ਦਿੱਤਾ ਪਹਿਲੇ? 7.5 ਲੀਟਰ ਸੀ, ਹੁਣ 9.5-10 ਲੀਟਰ ਹੈਗਾ, 9.5-10 ਤੱਕ ਹੋ ਗਿਆ ਜੀ। ਚਲੋ ਜੀ, ਕੁਛ ਨਾ ਕੁਛ ਬਿਹਤਰੀ ਆਈ ਹੈ, ਕੋਸ਼ਿਸ਼ ਕਰਾਂਗੇ, ਹੋਰ ਅੱਗੇ ਜਾਵਾਂਗੇ, ਹੋਰ ਕੋਸ਼ਿਸ਼ ਕਰਾਂਗੇ ਕਿ ਬਿਹਤਰ ਹੋ ਜਾਏ। ਬਿਲਕੁਲ ਜੀ, ਜ਼ਿੰਮੇਦਾਰ ਨੂੰ, ਫਾਰਮਰ ਨੂੰ, ਜਿਹੜਾ ਕਿ ਟਰੈਕਟਰ ਤੁਹਾਨੂੰ ਪਤਾ ਬਹੁਤ ਮਹਿੰਗੇ ਨੇ, ਔਰ ਇੱਕ ਮਿਆਰੀ ਚੀਜ਼ ਔਰ ਲਾਈਫ ਟਾਈਮ ਜ਼ਿਆਦਾ ਲਾਈਫ ਵਾਲੀ ਚੀਜ਼। ਅਸਾਂ ਦੀ 1000 ਘੰਟੇ ਜਿਹੜੇ ਦਿੰਦੇ ਸਨ, ਅਸਾਂ ਦੀ ਵਾਰੰਟੀ ਵੀ 1200 ਘੰਟੇ ਕਰਤੀ। ਠੀਕ ਹੋ ਗਿਆ ਜੀ, ਜਿਹੜੇ 1 ਸਾਲ ਪਹਿਲੇ ਵਾਰੰਟੀ ਲੋਕ ਦਿੰਦੇ ਸਨ, ਅਸਾਂ ਉਹਨੂੰ 1.5 ਸਾਲ ਕਰਤਾ। ਸਹੀ ਹੋ ਗਿਆ, ਯਾਨੀ ਸਾਨੂੰ ਇਤਨਾ ਇਤਮਾਦ ਹੈ ਆਪਣੀ ਪ੍ਰੋਡਕਟ ਦੇ ਉੱਤੇ। ਠੀਕ ਹੈ, ਜਿਸ ਹਿਸਾਬ ਨਾਲ ਮਿਹਨਤ ਕਰ ਰਹੇ ਹਾਂ, ਕੋਸ਼ਿਸ਼ ਕਰਾਂਗੇ ਹੋਰ ਮਿਹਨਤ ਹੋਏ ਔਰ ਬਿਹਤਰ ਹੋ ਜਾਏ।
ਸਰ ਬਾਕੀ ਮਜ਼ੀਦ ਤਬਦੀਲੀਆਂ ਜਿਹੜੀਆਂ ਨੇ ਉਹ ਇੱਕ ਵਾਰੀ ਜ਼ਿੰਮੇਦਾਰ ਉਹਦੇ ਵਿੱਚ ਇਹਦੀ ਲਿੰਕਾਂ ਚੇਂਜ ਕਰਤੀਆਂ ਨੇ। ਅੱਛਾ ਇੱਥੇ ਡੈਸ਼ਬੋਰਡ ਜਿਹੜਾ ਉਹ ਦੇਖੋਗੇ ਤੁਸੀਂ ਬਿਲਕੁਲ ਕਾਰ ਦੀ ਤਰ੍ਹਾਂ ਡੈਸ਼ਬੋਰਡ ਆ ਗਿਆ। ਦੋਸਤੋ ਪਹਿਲੇ ਚੈੱਕ ਕਰੋ ਜੀ, ਇਹ ਤੁਸੀਂ ਦੇਖ ਸਕਦੇ ਹੋ ਕਿ ਇਹਦਾ 86 ਪੱਤਰੀ ਹੈ, 85 ਹਾਰਸ ਪਾਵਰ, ਇਹ ਤੁਸੀਂ ਦੇਖ ਸਕਦੇ ਹੋ। ਔਰ ਇਹਦਾ ਡੈਸ਼ਬੋਰਡ ਦੇਖੋਗੇ, ਪਾਵਰ ਸਟੀਅਰਿੰਗ ਦੇਖੋਗੇ, ਬਿਲਕੁਲ ਪਲੇਟਫਾਰਮ ਬਹੁਤ ਖੁੱਲ੍ਹਾ ਹੋ ਗਿਆ ਜੀ। ਬਾਕੀ ਗੇਅਰ ਟਰਾਂਸਮਿਸ਼ਨ ਇਹਦੀ ਪਹਿਲੇ ਵਾਲੀ ਹੈ, ਸੇਮ ਹੀ ਹੈ ਸਰ, ਗੇਅਰ ਸੇਮ ਹੀ ਹੈ ਜੀ। ਪਾ ਕੇ ਉੱਤੇ ਚੜ੍ਹੋ, ਤੁਹਾਨੂੰ ਕੋਈ ਉਹ ਨਹੀਂ ਕਿ ਜੀ ਪਹੁੰਚਾ ਫਸ ਗਿਆ, ਚੱਪਲ ਫਸ ਗਈ, ਜੁੱਤੀ ਫਸ ਗਈ, ਬਿਹਤਰੀਨ ਇੱਕ ਸਾਫ਼ ਸੁਥਰਾ, ਉਹ ਮਜ਼ਾ ਵੀ ਆਉਂਦਾ ਫਿਰ ਚਲਾਉਣ ਦਾ। ਸਰ ਮੀਟਰ ਗੇਜਾਂ ਜਿਹੜੀਆਂ ਨੇ ਖਰਾਬ ਹੁੰਦੀਆਂ ਸਨ ਪਹਿਲੇ ਲੋਕਾਂ ਦਾ ਕੁਛ, ਪਹਿਲੇ ਹੁੰਦਾ ਸੀ ਹਾਂਜੀ, ਮੀਟਰ ਗੇਜ ਹੋ ਗਈ, ਫਿਊਲ ਗੇਜ ਹੋ ਗਈ, ਉਹ ਵੀ ਅਸੀਂ ਸਾਰੀਆਂ ਚੇਂਜ ਕਰਾ ਕੇ ਉਹ ਰਿਪਲੇਸ ਕੀਤੀਆਂ ਨੇ ਕਿ ਫਿਊਲ ਗੇਜ ਤਾਂ ਕਿ ਉਸਦਾ ਆਪਣਾ ਅੰਦਾਜ਼ਾ। ਬਾਕੀ ਮੇਨ ਜੀ ਕਲਚ ਪੈਡਲ, ਕਲਚ ਪੈਡਲ ਦਾ ਤੁਸੀਂ ਨਾਂ ਹੀ ਨਹੀਂ ਲਿਆ, ਇਹ ਤੇ ਅਸਲ ਚੇਂਜਿੰਗ ਜ਼ਿੰਮੇਦਾਰ ਚਾਹੁੰਦੇ ਸਨ ਤੇ ਕਲਚ ਪੈਡਲ ਵੀ ਚੇਂਜ ਹੋ ਗਿਆ ਜੀ ਇਹਦੇ, ਉਹ ਹੀ ਆ ਰਹੇ ਆ ਨਾ ਪਿੱਛੇ। ਹਾਂਜੀ ਹਾਂਜੀ, ਇਹਦਾ ਕਲਚ ਪਲੇਟ ਚੇਂਜ ਹੋਇਆ, ਸਹੀ ਹੋ ਗਿਆ। ਇਹਦੇ ਵਿੱਚ ਇਹਦਾ ਇਹਨੀ ਪਾਵਰ ਸਟੀਅਰਿੰਗ ਕਿਸਮ ਦਾ ਹੋ ਗਿਆ ਜੀ ਜੀ, ਫਿਰ ਤੁਹਾਡਾ ਪਿੱਛਿਆ ਹੋ ਗਿਆ ਤੇ ਇਹਦੀ ਲਿੰਕਾਂ ਹੈਵੀ ਕਰ ਦਿੱਤੀਆਂ ਨੇ, ਸਹੀ ਹੋ ਗਿਆ ਜੀ, ਤਾਂ ਕਿ ਲਿੰਕਾਂ ਦੇ ਉੱਤੇ ਕੋਈ ਇਸ਼ੂ ਨਾ ਆਏ। ਲੋ ਜੀ ਲਿੰਕਾਂ ਇਹਦੀਆਂ ਹੈਵੀ ਹੋ ਗਈਆਂ ਨੇ, ਜਦੋਂ ਦੇਖੋ ਕਿ ਹਰ ਚੀਜ਼ ਨੂੰ ਅਸਾਂ ਫਿਰ ਕੋਸ਼ਿਸ਼ ਕੀਤੀ ਕਿ ਹਰ ਚੀਜ਼ ਆਪਣੀ ਓਰੀਜਨਲ ਸ਼ੇਪ 'ਚ ਆ ਜਾਏ। ਅੱਛਾ ਜੀ, ਸਾਡੇ ਦੋਸਤ ਨੇ ਇਮਰਾਨ ਬੜਾਏ ਸਾਹਿਬ, ਉਹਨਾਂ ਨੇ ਕਿਹਾ ਸੀ ਕਿ ਇਹ ਗੋਲੀ ਨਿਕਲਣੀ ਚਾਹੀਦੀ ਹੈ, ਜਿਹੜੀ ਪਹਿਲੇ ਲਿੰਕ ਸੀ ਉਹਦੀ ਫਿਕਸ ਸੀਗੀ। ਫਿਕਸ ਨਹੀਂ ਹੋਣਾ, ਫਿਕਸ ਨਹੀਂ। ਹਾਂਜੀ ਇਹ ਜੀ ਗੋਲੀ ਲੱਗ ਗਈ ਹੈ ਜੀ, ਨਿਕਲ ਵੀ ਸਕਦੀ ਹੈ, ਅਤੇ ਇਹ ਜੀ ਤੁਸੀਂ ਦੇਖ ਸਕਦੇ ਹੋ ਗੋਲੀ ਚੇਂਜ ਕਰ ਸਕਦੇ ਹੋ। ਲਓ ਜੀ ਇਮਰਾਨ ਭਾਈ, ਤੁਹਾਡੀ ਵੀ ਇਹ ਜਿਹੜੀ ਮਸ਼ਵਰਾ ਸੀ ਕੰਪਨੀ ਨੇ ਪਿੱਕ ਕੀਤਾ ਹੈ ਜੀ, ਅਤੇ ਇਹ ਜੀ ਲੈਂਕਾਂ ਵੀ ਚੇਂਜ ਹੋ ਗਈਆਂ ਨੇ, ਜਿਹੜਾ ਕਿ ਪਹਿਲਾਂ ਤੁਸੀਂ ਪੁਰਾਣਾ ਮਾਡਲ ਦੇਖਿਆ ਸੀ 290 ਸ਼ੇਪ ਦਾ, 2 ਸੀਰੀਜ਼ ਦਾ, ਉਹ ਜੀ ਹੁਣ ਆ ਗਿਆ। ਬਾਕੀ ਅਸਾਂ ਇਹਨਾਂ ਨੂੰ ਇੱਕ ਰੀਵਿਊ ਕੈਮਰਾ ਦਾ ਉਹ ਦਿੱਤਾ ਆਪਸ਼ਨ ਜੀ ਜੀ, ਕਿ ਅਗਰ ਉਹ ਲਗਾਉਣਾ ਟਰਾਲੀ ਦੇ ਪਿੱਛੇ ਲਾ ਲਓ, ਸਹੀ ਰੀਵਿਊ ਮਿਰਰ ਦੇ ਦਿੱਤਾ ਪਿੱਛੇ ਤੁਹਾਨੂੰ ਨਜ਼ਰ ਆਏ। ਪਹਿਲਾਂ ਕੀ ਹੁੰਦਾ ਸੀ, ਟਰੈਕਟਰ ਵਾਲੇ ਨੂੰ ਆਵਾਜ਼ ਵੀ ਨਹੀਂ ਆਉਂਦੀ ਸੀ ਤਾਂ ਪਿੱਛੇ ਦੇਖਦਾ ਵੀ ਨਹੀਂ ਸੀ, ਸਹੀ ਹੋ ਗਿਆ ਜੀ। ਹੁਣ ਹੈ ਕਿ ਉਹ ਆਪਣੇ ਸ਼ੀਸ਼ੇ 'ਚ ਵੀ ਦੇਖ ਸਕਦਾ, ਪਲੱਸ ਕੈਮਰੇ ਦੀ ਸਕਰੀਨ ਵੀ ਉੱਥੇ ਆ ਕੇ ਉਹ ਸਾਹਮਣੇ ਨਜ਼ਰ ਆਏਗੀ, ਠੀਕ ਹੋ ਗਿਆ। ਕਾਰਡਲੈਸ ਕੈਮਰਾ ਹੋਏਗਾ ਉਹਦੇ ਵਿੱਚ, ਉਹ ਨਹੀਂ ਹੈਗਾ ਕਿ ਵੀ ਬਾਕੀ ਅਸਾਂ ਨਾਲ। ਬਾਕੀ ਜੀ ਇੱਧਰ SHP ਵੀ ਖੜਾ ਹੈ ਟਰੈਕਟਰ ਜੀ, ਇਹ ਵੀ ਟਰੈਕਟਰ ਹੁਣ ਚੁੱਕਾ, ਪਹਿਲੀ ਦਫਾ ਬਣਿਆ ਪਾਕਿਸਤਾਨ 'ਚ ਹਾਂਜੀ, ਯਾਨੀ 100 horsepower ਪਹਿਲੇ ਨਹੀਂ ਸੀ ਕਿਸੇ ਕੋਲ ਵੀ, ਸਹੀ। ਇਸ ਨੂੰ ਅਸਾਂ ਟਰਬੋ ਵੀ ਲਾ ਦਿੱਤਾ, ਹਾਂਜੀ, ਇਸ ਨੂੰ ਅਸਾਂ ਬਾਕੀ ਸਾਰੀ ਚੀਜ਼ਾਂ ਜਿਹੜੀਆਂ ਨੇ ਇਸ ਦੇ ਮੁਤਾਬਕ ਹੈਵੀ ਡਿਊਟੀ ਵੀ ਲਾ ਕਰ ਦਿੱਤੀਆਂ ਨੇ, ਸਹੀ। ਔਰ ਇਹਦੇ ਵਿੱਚ ਸਪੇਸਰ ਵੀ ਪਾ ਦਿੱਤਾ, ਸਹੀ, ਸਪੇਸਰ ਪਾ ਕੇ ਇਹਨੂੰ ਤਕਰੀਬਨ 9 inch ਵੱਧ ਗਿਆ ਜੀ ਜੀ, ਜਿੰਨੀ ਲੈਂਥ ਜ਼ਿਆਦਾ ਹੋਏਗੀ ਯਾਨੀ ਕਿ ਉਸ ਦੇ ਹਿਸਾਬ ਨਾਲ ਤੁਸੀਂ ਦੇਖੋਗੇ ਉਹ ਉਤਨਾ ਹੀ ਸਟੇਬਲ ਹੋਏਗਾ। ਬਾਕੀ ਸਾਰਾ ਨਹੀਂ ਹਾਂਜੀ, ਤੁਹਾਡਾ ਜੀ ਸਰਵਿਸ ਵਾਸਤੇ ਆ ਜੀ, ਆਪਣਾ ਵੈਗਨ ਵੀ ਸਰਵਿਸ ਵੈਨ ਅਸਾਂ ਇੱਕ ਤਿਆਰ ਕਰਕੇ ਦੇਤੀ ਹਾਂਜੀ, ਜੋ ਹਰ ਰੀਜਨ ਦੇ ਵਿੱਚ ਇੱਕ ਵੈਨ ਖੜੀ ਹੋਏਗੀ, ਉਹਦਾ ਰਾਬਤਾ ਵੀ ਹੋਏਗਾ, ਰਾਬਤਾ ਨੰਬਰ ਵੀ ਲਿਖ ਦਿੱਤਾ ਹੋਇਆ, ਠੀਕ। ਨਾਲ ਇਹਦੇ ਇੱਕ UN ਨੰਬਰ ਵੀ ਇਹਨਾਂ ਨੂੰ ਦੇ ਰਹੇ ਹਾਂ ਕਿ ਜਿੱਥੇ ਜਿੱਥੇ ਕਿਸੇ ਕਿਸਾਨ ਨੂੰ ਕਿਸੇ ਵੀ ਰੀਜਨ 'ਚ ਕੋਈ ਤਕਲੀਫ ਹੋਏ ਤਾਂ ਇਹ ਫੌਰਨ ਉੱਥੇ ਇੱਕ ਮਕੈਨਿਕ, ਇੱਕ ਇਲੈਕਟ੍ਰੀਸ਼ਨ ਹਰ ਵਕਤ ਮੌਜੂਦ ਹੋਏਗਾ, ਠੀਕ ਹੋ ਗਿਆ ਜੀ। ਬਾਕੀ ਜੀ ਫੀਲਡ ਦੇ ਵਿੱਚ ਕਿਸ ਤਰ੍ਹਾਂ ਸਰਵਿਸ ਕਿਵੇਂ ਕਰਕੇ ਆਉਂਦੇ ਨੇ ਉਹ ਵੀ ਇਨਸ਼ਾਅੱਲਾ ਤੁਹਾਨੂੰ ਮਾਲੂਮ ਦਿਆਂਗੇ, ਔਰ ਕੰਪਨੀ ਪੂਰਾ ਬੈਕਅਪ ਦੇ ਰਹੀ ਹੈ। ਕਰਨਲ ਸਾਹਿਬ ਇੱਧਰ ਆਓ, ਔਰ ਇਹ ਜਿਹੜਾ ਜੀ 100 HP ਦੇ ਵਿੱਚ ਟਰੈਕਟਰ ਖੜਾ ਹੈ। ਅੱਛਾ ਇਹਦੇ ਫਰੰਟ ਟਾਇਰ ਜਿਹੜੇ ਹੈ ਇਹ ਸਪੈਸ਼ਲ ਹੈ ਜੀ, SL ਚੌੜੇ ਨੇ ਟਾਇਰ। ਹਾਂ, ਇਹ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਜਿਹੜਾ ਤੁਹਾਡੇ ਸਭ ਤੋਂ ਬੈਸਟ ਟਾਇਰ ਤੁਹਾਡੇ ਕੋਲ ਅਵੇਲੇਬਲ ਉਹ ਦੇ ਦਿਓ। ਲਓ ਜੀ ਇਹ ਚੌੜਾ ਟਾਇਰ ਹੈ ਜੀ, ਮੈਂ ਕਿਹਾ ਦੇਖ ਰਹੇ ਜੀ ਟਾਇਰ ਜਿਹੜਾ ਚੌੜਾ, ਬੈਸਟ ਟਾਇਰ ਸਾਨੂੰ ਦੇ ਦਿਓ। ਹਾਂਜੀ, ਕੰਪਨੀ ਨੇ ਫਿਰ ਸਾਨੂੰ ਇਹ ਰਿਕਮੈਂਡ ਕੀਤਾ ਜੀ ਤੁਸੀਂ ਇਹ ਲਵੋ, 750-16 SL ਤੁਸੀਂ ਇਹਦੀ ਚੌੜਾਈ ਚੈੱਕ ਕਰੋ ਜੀ, ਆਮ ਜਿਹੜਾ ਟਾਇਰ ਉਹਦੇ ਨਾਲੋਂ ਜ਼ਿਆਦਾ ਹੈ, ਇਹ ਚੈੱਕ ਕਰੋ ਜੀ, ਉਹਦੇ ਨਾਲ ਥੋੜ੍ਹੀ ਜ਼ਿਆਦਾ ਹੈ। ਬਾਕੀ ਸਰ ਅਗਰ ਆਪਾਂ ਪ੍ਰਾਈਸ ਦੀ ਗੱਲ ਕਰੀਏ, ਹੁਣ ਗ੍ਰੀਨ ਟਰੈਕਟਰ ਸਕੀਮ ਚੱਲਦੀ ਪਈ ਹੈ, ਗ੍ਰੀਨ ਟਰੈਕਟਰ ਸਕੀਮ 'ਚ ਦੇਖੋ ਜੀ, ਪਹਿਲੇ ਸਭ ਤੋਂ ਪਹਿਲੇ ਤਾਂ
ਵਜ਼ੀਰ ਆਲਾ ਪੰਜਾਬ ਦਾ ਸ਼ੁਕਰੀਆ ਅਦਾ ਕਰਾਂਗੇ ਜੀ ਜੀ ਕਿ ਉਹਨਾਂ ਨੇ ਇਹਨਾਂ ਮੁਸ਼ਕਿਲ ਹਾਲਾਤ ਦੇ ਵਿੱਚ ਪੰਜਾਬ ਦੇ ਵਿੱਚ ਸਪੈਸ਼ਲੀ ਜਿਹੜਾ ਸੂਬਾ ਜ਼ਰਾਤ ਦੇ ਵਿੱਚ ਮਸ਼ਹੂਰ ਹੈ, ਆਪਣੀ ਪੈਦਾਵਾਰ ਦੇ ਵਿੱਚ ਮਸ਼ਹੂਰ ਹੈ, ਹਰ ਤਰ੍ਹਾਂ ਦੀ ਸਬਜ਼ੀ ਹਰ ਤਰ੍ਹਾਂ ਦੀ ਫਸਲ ਇੱਥੇ ਹੁੰਦੀ ਹੈ, ਉਹਨਾਂ ਤਮਾਮ ਕਿਸਾਨਾਂ ਦਾ ਖਿਆਲ ਕਰਦੇ ਹੋ ਕਿ 10 ਲੱਖ ਰੁਪਏ ਦੀ ਸਬਸਿਡੀ ਦਿੱਤੀ ਹੈ ਇਸ ਟਰੈਕਟਰ ਦੇ ਉੱਤੇ, 35 ਲੱਖ ਦਾ 35 ਲੱਖ 50 ਹਜ਼ਾਰ ਦਾ ਟਰੈਕਟਰ ਹੈ, ਉਹਨਾਂ ਨੇ 10 ਲੱਖ ਪੰਜਾਬ ਗੌਰਮੈਂਟ ਦੇਵੇਗੀ ਜੀ ਜੀ ਔਰ 25 ਲੱਖ ਕਿਸਾਨ ਦੇ ਸਹੀ ਹੋ ਗਿਆ, ਯਾਨੀ ਮਕਸਦ ਉਹ ਉਹਨੂੰ 25 ਲੱਖ ਦਾ ਪਏਗਾ, ਜਿੰਨੀ ਕੋਈ ਉਹਨੇ ਵਾਪਸ ਨਹੀਂ ਦੇਣਾ, ਕੋਈ ਉਹਦੀ ਕਿਸ਼ਤ ਨਹੀਂ ਹੈਗੀ, ਕੋਈ ਉਹਦਾ ਲੋਨ ਨਹੀਂ। ਇੱਕ ਹੋਰ ਜੋ ਆਪਸ਼ਨ ਜੀ ਅੱਜ ਚੱਲ ਰਹੀ ਹੈ ਕਿ ਪੰਜਾਬ ਬੈਂਕ ਅਗਰ ਉਹਦੇ ਕੋਲ ਪੈਸੇ ਘੱਟ ਨੇ, ਕਿਸਾਨ ਅਪਲਾਈ ਕਰਦਾ ਕਹਿੰਦਾ ਮੇਰੇ ਕੋਲ ਤਾਂ 25 ਲੱਖ ਨਹੀਂ ਹੈਗਾ ਇਸ ਵਕਤ ਜੀ, ਉਹਨੂੰ ਸ਼ਾਮਿਲ ਕਰਾਉਣ ਵਾਸਤੇ ਉਹਨੂੰ ਮਦਦ ਕਰਨ ਵਾਸਤੇ ਉਹਨਾਂ ਨੇ 7% ਦੇ ਉੱਤੇ ਸਹੀ, ਵੈਸੇ ਤੁਸੀਂ ਦੇਖੋਗੇ ਲੋਨ ਚੱਲ ਰਿਹਾ 22% ਜੀ ਜੀ, ਉਹਨਾਂ ਨੇ 7% ਦੇ ਉੱਤੇ ਕਿਸਾਨਾਂ ਨੂੰ ਕਿਹਾ ਕਿ ਜੀ ਅਸੀਂ ਤੁਹਾਨੂੰ ਲੋਨ ਦੇਵਾਂਗੇ। ਠੀਕ ਹੈ ਜੀ, ਉਹ ਫਿਰ ਉਹਨਾਂ ਦੀ ਟਰਮ ਕੰਡੀਸ਼ਨ ਜੋ ਵੀ ਹੋਣਗੀਆਂ ਅੱਜ ਫਾਈਨਲ ਹੋ ਜਾਣਗੀਆਂ ਜੀ ਜੀ, ਇਸ ਵਕਤ ਸ਼ਾਇਦ ਉਹ ਇਜਲਾਸ ਚੱਲ ਵੀ ਰਿਹਾ ਹੋਵੇ ਸਹੀ, ਉਹ ਫਾਈਨਲ ਹੋਏਗੀ ਤਾਂ ਕੱਲ੍ਹ ਪੰਜਾਬ ਬੈਂਕ ਅਨਾਊਂਸ ਕਰੇਗਾ ਕਿ ਜੀ ਜਿਸ ਕਿਸਾਨ ਨੂੰ ਜ਼ਰੂਰਤ ਹੋਏਗੀ ਜੀ ਜੀ ਉਹ ਹਿਸਾਬ ਨਾਲ ਸਾਡੇ ਕੋਲੋਂ 7% 'ਤੇ ਲੋਨ ਲੈ ਲਏ। ਸਰ ਮਾਡਲ ਜਿਹੜਾ ਚੇਂਜ ਕੀਤਾ ਜੇ ਪ੍ਰਾਈਸ ਵਿੱਚ ਵੀ ਤਬਦੀਲੀ ਆਈ ਹੈ, ਪ੍ਰਾਈਸ ਸੇਮ ਨਹੀਂ, ਅਸਾਂ ਇਹਦੇ ਵਿੱਚ ਟੈਕਸ ਐਡ ਹੋਇਆ ਜਿਹੜਾ 10%। ਠੀਕ ਹੈ, ਯਾਨੀ ਕਿ ਉਹ ਪਹਿਲੇ ਟੈਕਸ ਨਹੀਂ ਸੀ ਜੀ ਜੀ ਟਰੈਕਟਰ, ਫਿਰ ਉਹਨਾਂ ਨੇ ਕਹਿ ਰਹੇ ਜਿਹੜਾ ਪੁਰਾਣਾ GST ਉਹੀ ਕੀਮਤ ਅਸਾਂ ਨਹੀਂ ਕੋਈ ਚੇਂਜ ਕੀਤੀ, ਕੀਮਤ ਚੇਂਜ ਨਹੀਂ ਹੋਈ, ਜਿਹੜਾ ਪੁਰਾਣਾ ਮਾਡਲ ਉਹਦੇ ਨਾਲ ਦੇ ਸੇਮ ਹੁਣ ਉਹਨਾਂ ਨੇ ਟੈਕਸ ਵਧਾ ਦਿੱਤਾ। ਠੀਕ ਹੈ ਜੀ, ਉਹ ਤਾਂ ਪੁਰਾਣੇ ਨੂੰ ਵੀ ਲੱਗਦਾ ਉਹ ਗਵਰਨਮੈਂਟ ਨੇ ਲੈਣਾ ਹੀ ਲੈਣਾ ਜੀ ਜੀ, ਜੇ ਅਸਾਂ ਟਰੈਕਟਰ ਵੇਚਾਂਗੇ ਉਹਨੂੰ ਸਵੇਰੇ ਇਨਵਾਈਸ ਵੀ ਦੇਣੀ ਪਏਗੀ ਜੇ ਅਸਾਂ ਤੁਹਾਡਾ GST ਜਮ੍ਹਾਂ ਕਰਾ ਦਿਓ। ਸਰ ਮੇਰਾ ਸਵਾਲ ਹੈ ਕਿ ਜਿਹੜਾ ਤੁਹਾਡਾ ਪੁਰਾਣਾ ਮਾਡਲ 40-85 ਹੈ, ਹੁਣ ਜਿਹੜਾ ਤੁਸੀਂ ਕਨਵਰਟ ਕਰ ਉਹ ਇਤਨਾ ਸਾਰਾ ਅਸਾਂ ਉਹ ਕੋਸ਼ਿਸ਼ ਕੀਤੀ ਹੈ ਕਿ ਜੀ ਸਾਡਾ ਮਕਸਦ ਪੈਸੇ ਕਮਾਉਣਾ ਨਹੀਂ ਬਲਕਿ ਇੱਕ ਚੀਜ਼ ਦੇਣੀ ਹੈ, ਕਿਉਂਕਿ ਉਹ ਜਿਤਨਾ ਵਾਲੀਅਮ ਤੁਹਾਡਾ ਵਧੇਗਾ ਜੀ ਜੀ ਉਸ ਤਰ੍ਹਾਂ ਹੀ ਤੁਹਾਡਾ ਰੁਜ਼ਗਾਰ ਲੋਕਾਂ ਦਾ ਵਧੇਗਾ, ਸਹੀ, ਚਾਹੇ ਉਹ ਐਕਸਲ ਬਣਾਉਣ 'ਤੇ ਹੈ, ਚਾਹੇ ਉਹ ਸ਼ੀਟ ਮੈਟਲ ਬਣਾਉਣ 'ਤੇ ਹੈ, ਚਾਹੇ ਉਹ ਸਲੈਂਸਰ ਬਣਾਉਣ ਵਾਲਾ ਹੈ, ਚਾਹੇ ਉਹ ਟਾਇਰ ਬਣਾਉਣ ਵਾਲਾ ਹੈ, ਚਾਹੇ ਉਹ ਰਿਮ ਦੇਣ ਵਾਲਾ ਹੈ, ਉਹ ਸਾਰੀ ਚੀਜ਼ਾਂ ਜਦੋਂ ਮੁਖਤਲਿਫ ਲੇਬਰ ਲਾਓਗੇ ਤਾਂ ਲੱਖਾਂ ਦੇ ਵਿੱਚ ਪਹੁੰਚ ਜਾਣਗੇ ਲੋਕ। ਠੀਕ ਹੈ, ਔਰ ਪੂਰੇ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਲੋਕ ਕੋਈ ਇੰਪੋਰਟ ਕਰ ਰਿਹਾ, ਕੋਈ ਉਸਨੂੰ ਬਾਹਰੋਂ ਮੰਗਵਾ ਕੇ ਦੇ ਰਿਹਾ, ਕੋਈ ਉਹਦੇ ਨੈੱਟ ਬੋਲਟ ਬਣਾ ਰਿਹਾ, ਉਹਨਾਂ ਨੂੰ ਇੱਕ ਬਹੁਤ ਬੜਾ ਐਡਵਾਂਟੇਜ ਹੋ ਜਾਏਗਾ। ਉਸ ਐਡਵਾਂਟੇਜ ਦੇ ਵਿੱਚ ਉਹਨੂੰ ਕੀ ਹੋਏਗਾ ਕਿ ਦੋ ਚੀਜ਼ਾਂ ਹੋ ਗਈਆਂ, ਨੰਬਰ 1 ਤੁਹਾਡਾ ਰੁਜ਼ਗਾਰ ਦਾ ਦਾਇਰਾ ਵੱਡਾ ਹੋ ਗਿਆ, ਨੰਬਰ 2 ਤੁਹਾਨੂੰ ਇੱਕ ਚੀਜ਼ ਬਿਹਤਰ ਮਿਲੇ, ਸਹੀ, ਨੰਬਰ 3 SNF ਜਦ ਜਿਤਨਾ ਚੱਲਦੇ ਜਾਣਾ ਹੈ ਉਹਦੀ ਸਰਵਿਸ ਵਾਸਤੇ ਤੁਹਾਨੂੰ ਫਿਲਟਰ ਵੀ ਚਾਹੀਦੇ ਹੋਣਗੇ, ਆਇਲ ਵੀ ਚਾਹੀਦਾ ਹੋਏਗਾ, ਬੈਲਟ ਵੀ ਚਾਹੀਦੇ ਹੋਣਗੇ, ਬ੍ਰੇਕ ਸ਼ੂਜ਼ ਵੀ ਚਾਹੀਦਾ ਹੋਏਗਾ। ਜਿਤਨਾ ਜ਼ਿਆਦਾ ਇਹ ਟਰੈਕਟਰ ਦੀ ਮਿਕਦਾਰ ਵਧੇਗੀ ਜੀ ਜੀ, ਬਾਹਰ ਜਿੰਨੇ ਨੰਬਰ ਜ਼ਿਆਦਾ ਹੋਣਗੇ ਉਤਨਾ ਹੀ ਤੁਹਾਡਾ ਬਾਕੀ ਜੋ ਪਾਰਟਸ ਹੈਗੇ ਨੇ, ਬ੍ਰੇਕ ਹੈ, ਆਇਲ ਹੈ, ਟਾਇਰ ਹੈ, ਟਿਊਬ ਹੈ, ਫੈਨ ਬੈਲਟ ਹੈ, ਟਾਈਮਿੰਗ ਬੈਲਟ ਹੈ, ਹਰ ਚੀਜ਼ ਤੁਹਾਡੀ ਉਸ ਹਿਸਾਬ ਨਾਲ ਉਹ ਡਿਮਾਂਡ ਵੀ ਵਧੇਗੀ। ਠੀਕ ਹੈ ਜੀ, ਉੱਥੇ ਵੀ ਰੁਜ਼ਗਾਰ ਵਧੇਗਾ ਜਿਹੜਾ ਉਹ ਫੈਕਟਰੀ ਚਲਾ ਰਿਹਾ। ਸਹੀ ਸਰ, ਡਾਇਰੈਕਟ ਵੀ ਨੇ, ਇਨਡਾਇਰੈਕਟ ਵੀ ਨੇ, ਉਤਨੇ ਸ਼ੋਰੂਮ ਜ਼ਿਆਦਾ ਹੋਣਗੇ, ਉਤਨੇ ਇਹਦੇ ਰਿਪੇਅਰ ਵਾਲੇ ਮਕੈਨਿਕ ਜ਼ਿਆਦਾ ਹੋਣਗੇ ਜੀ ਜੀ, ਉਤਨੇ ਉਹਦੇ ਨਾਲ ਹੈਲਪਰ ਕਰਨ ਵਾਲੇ ਜ਼ਿਆਦਾ ਹੋਣਗੇ। ਸਹੀ, ਇਹ ਮਕਸਦ ਅੱਲਾਹ ਤਾਲਾ ਦਾ ਇੱਕ ਨਿਜ਼ਾਮ ਹੈ, ਇੱਕ ਚੀਜ਼ ਬਣੀ ਅਗਰ ਇਹਦੇ ਪਿੱਛੇ 600 ਤੋਂ ਜ਼ਿਆਦਾ ਪਾਰਟ ਹੋਣ, ਸਹੀ, ਯਾਨੀ 600 ਫੈਕਟਰੀਆਂ ਕੰਮ ਕਰ ਰਹੀਆਂ ਹੋਣਗੀਆਂ। ਠੀਕ ਹੈ ਜੀ, ਕੁਛ ਫੈਕਟਰੀ ਹੋਣਗੇ ਜਿਹੜੇ 1 ਪਾਰਟ ਬਣਾ ਰਹੇ ਨੇ, ਕੁਛ ਹੋਣਗੇ ਜਿਹੜੇ 10 ਪਾਰਟ ਬਣਾ ਰਹੇ ਨੇ, ਮਕਸਦ ਇਤਨੀ ਹੀ ਲੇਬਰ ਵਾਜੇ। ਬਿਲਕੁਲ ਸਰ, ਆਪਾਂ ਅਗਰ ਗੱਲ ਕਰੀਏ ਮੌਜੂਦਾ ਗ੍ਰੀਨ ਟਰੈਕਟਰ ਸਕੀਮ ਦੇ ਉੱਤੇ ਜੀ, ਇਹਦੇ ਵਿੱਚ ਬਰਾ ਕੰਪਨੀ ਜਿਹੜੀ ਹੈ ਉਹ ਕਿਹੜਾ ਕਿਹੜਾ ਮਾਡਲ ਦੇ ਰਹੀ ਹੈ ਫਿਲਹਾਲ? ਕਿਉਂਕਿ
ਫਿਲਹਾਲ ਸਾਨੂੰ ਜਿਹੜੀ ਅਪਰੂਵਲ ਮਿਲਦੀ ਹੈ ਨਾ, ਇਹ ਗੌਰਮੈਂਟ ਆਫ ਪਾਕਿਸਤਾਨ ਦੇ ਅਪਰੂਵ ਮਾਡਲ ਹੁੰਦੇ। ਠੀਕ ਹੈ। 85 ਹਾਰਸ ਪਾਵਰ ਦੋ ਹੈਗੇ ਜਿਹਦੇ ਵਿੱਚ 2 ਵੀਲ ਡਰਾਈਵ ਔਰ 4 ਵੀਲ ਡਰਾਈਵ ਹੈਗੇ। ਸਹੀ। 4100 ਦੋ ਹੈਗੇ ਨੇ ਜਿਹੜਾ 100 ਹਾਰਸ ਪਾਵਰ 'ਚ ਹੈ, 4 ਵੀਲ 100 ਹਾਰਸ ਪਾਵਰ, 2 ਵੀਲ ਡਰਾਈਵ ਵੀ ਔਰ 4 ਵੀਲ ਡਰਾਈਵ। ਠੀਕ ਹੈ। ਹੁਣ ਤੁਸੀਂ ਖਾਲੀ ਅਗਰ ਕਿੱਟ ਲਓਗੇ ਨਾ ਜੀ 4 ਵੀਲ ਦੀ, ਉਹ 4 ਵੀਲ ਦਾ ਕਿੱਟ ਖਾਲੀ 10 ਲੱਖ ਦੀ ਆਉਂਦੀ ਵਾ, 10 ਲੱਖ ਪਲੱਸ ਦੀ ਯਾਨੀ ਕਿ ਉਹ ਕਿੱਟ ਹੋ ਗਈ। ਸਹੀ। ਹੁਣ ਅੱਲਾ ਕਰੇਗਾ ਇਸ ਤਰ੍ਹਾਂ ਜਦੋਂ ਵੀ ਮੌਸ਼ੀ ਹਾਲਾਤ ਬਿਹਤਰ ਹੋਣਗੇ ਜੀ, ਡਾਲਰ ਦੀ ਕੀਮਤ ਥੋੜ੍ਹੀ ਥੱਲੇ ਆਏਗੀ ਤਾਂ ਚੀਜ਼ਾਂ ਹੋਰ ਥੋੜ੍ਹੀ ਜਿਹਾ ਬਿਹਤਰ ਹੋ ਜਾਣ। ਸਰ ਸਕੀਮ ਦੇ ਵਿੱਚ ਕਿਹੜਾ ਮਾਡਲ ਆ ਰਿਹਾ? ਸਕੀਮ ਦੇ ਵਿੱਚ 85 ਹਾਰਸ ਪਾਵਰ ਟਰੈਕਟਰ ਆ ਰਿਹਾ ਜੀ, ਇਹੀ ਚੀਜ਼ ਹੋਏਗੀ ਸਕੀਮ ਦੇ ਵਿੱਚ, ਇਹੀ ਸ਼ਕਲ ਹੋਏਗੀ, ਇਹੀ ਚੀਜ਼ ਹੋਏਗੀ, ਇਹੀ ਕੁਆਲਿਟੀ ਹੋਏਗੀ। ਔਰ ਪ੍ਰਾਈਵੇਟ ਵੀ ਇਹ ਮਿਲੇਗਾ? ਵੈਸੇ ਤੁਸੀਂ ਬੁੱਕ ਕਰਾਉਂਦੇ ਹੋ, ਵੈਸੇ ਅਗਰ ਤੁਸੀਂ ਸਕੀਮ ਦੇ ਇਲਾਵਾ ਲਿਆਓਗੇ ਜੀ, ਤੁਹਾਡਾ ਤੁਸੀਂ ਕੁਆਲੀਫਾਈ ਨਹੀਂ ਕਰ ਰਹੇ, ਤੁਹਾਡੇ ਕੋਲ 1 ਏਕੜ ਵੀ ਨਹੀਂ ਜੀ ਜੀ, ਜਾਂ ਤੁਹਾਡੇ ਕੋਲ 50 ਤੋਂ ਜ਼ਿਆਦਾ ਜ਼ਮੀਨ ਹੈਗੀ ਹੈ, ਉਹ ਲਾਹੌਰ ਦੇ ਵਿੱਚ ਲੱਕੀ ਟਰੈਕਟਰ ਵਾਲੇ ਨੇ, ਸਹੀ, ਸ਼ੋਰੂਮ ਇੱਥੇ, ਉਹਨਾਂ ਨੂੰ ਬਾਕੀ ਜੀ ਨੰਬਰ ਵੀ ਕਰਨਗੇ, ਹਾਂਜੀ, ਗਾਈਡ ਵੀ ਕਰਨਗੇ ਜੀ ਜੀ, ਔਰ ਲੋਕਾਂ ਨੂੰ ਇਨਵਾਈਟ ਵੀ ਕਰਨਗੇ ਕਿ ਆਉਣ, ਟਰੈਕਟਰ ਦੇਖਣ, ਪਸੰਦ ਕਰਨ, ਚਲਾ ਕੇ ਦੇਖਣ, ਇਹਦੀ ਆਵਾਜ਼ ਦੇਖੇ, ਇਹਦੀ ਪਰਫਾਰਮੈਂਸ ਦੇਖੇ, ਯਾਨੀ ਖਾਲੀ ਚੀਜ਼ਾਂ ਬੜੀ ਛੋਟੀ ਛੋਟੀਆਂ ਨੇ। ਬਾਕੀ ਜੀ ਨੰਬਰ ਗ੍ਰਿਲ ਜਿਹੜਾ ਲੱਗਾ ਹੋਇਆ, ਉਹਦੀ ਗ੍ਰਿਲ ਜਿਹੜੀ ਖਾਲੀ ਹੈ, ਇਹ ਇਤਨੀ ਅਸਾਂ ਫਾਈਨ ਕਰ ਦਿੱਤੀ ਕਿ ਕੋਈ ਛੋਟੇ ਤੋਂ ਛੋਟਾ ਜ਼ਰਾ ਵੀ ਅੰਦਰ ਨਾ ਜਾਏ। ਜੀ ਜੀ ਬਿਲਕੁਲ ਹੈ ਜੀ, ਆਪਾਂ ਪਹਿਲੇ ਵੀ ਮਾਲੂਮਾਤ ਦੇ ਚੁੱਕੇ ਹਾਂ। ਬਾਕੀ ਅਗਰ ਆਪਾਂ ਕੀਮਤਾਂ ਦੀ ਸਰ ਗੱਲ ਕਰੀਏ, 1 ਅਗਸਤ ਤੋਂ ਜਿਹੜੀ ਪ੍ਰਾਈਸ ਹੈ ਬਰਾਤ ਕੰਪਨੀ ਦੀ ਚੱਲਦੀ ਪਈ ਹੈ, ਇਹ ਲਿਸਟ ਤੁਹਾਡੇ ਸਾਹਮਣੇ ਆ ਜੀ, ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਪ੍ਰਾਈਸ ਜਿਹੜੀ ਆ, ਜਿੰਨੇ 6 ਮਾਡਲ ਨੇ ਉਹਨਾਂ ਦੇ ਵਿੱਚ ਇਹ ਜਿਹੜਾ ਤੁਹਾਨੂੰ ਗ੍ਰੀਨ ਟਰੈਕਟਰ ਸਕੀਮ ਦੇ ਵਿੱਚ ਹੈਗਾ ਸਰ, ਇਹ ਮਾਡਲ ਜਿਹੜਾ ਜੀ ਹਕੂਮਤ ਨੇ ਸ਼ਾਮਲ ਕੀਤਾ ਹੈ, 85 ਹਾਰਸ ਪਾਵਰ ਡਰਾਈਵ ਵੀ ਹੈ, 2 ਵੀਲ ਡਰਾਈਵ ਵੀ ਹੈ ਜੀ, ਇਹ 2 ਮਾਡਲ ਹੈਗੇ ਨੇ ਜੀ ਗ੍ਰੀਨ ਟਰੈਕਟਰ ਸਕੀਮ ਦੇ ਵਿੱਚ, ਇਹ ਮਾਡਲ ਆ। ਲਓ ਜੀ ਦੋਸਤੋ, ਅੱਜ ਹੀ ਤੁਹਾਨੂੰ ਬਰਾਕ ਟਰੈਕਟਰ ਕੰਪਨੀ ਦੇ ਜਿਹੜੇ ਟਰੈਕਟਰ ਨੇ ਲੱਕੀ ਸ਼ੋਰੂਮ ਤੇ ਦਿਖਾਏ ਨੇ, ਬਾਕੀ ਇਹਨਾਂ ਦਾ ਨੰਬਰ ਜਿਹੜਾ ਜੀ ਕੋਈ ਮੈਂ ਤੁਹਾਨੂੰ ਬੋਲ ਕੇ ਦੱਸ, 0394-1650 ਇਹ ਜੀ ਇਹਨਾਂ ਦਾ ਨੰਬਰ ਹੈ, ਅਤੇ ਮਜ਼ੀਦ ਅਗਰ ਕਿਸੇ ਨੇ ਰਾਬਤਾ ਕਰਨਾ ਔਰ ਮਜ਼ੀਦ ਮਾਲੂਮਾਤ ਲੈਣੀ ਹੈ, ਲੱਕੀ ਟਰੇਡਰਸ, ਲੱਕੀ ਟਰੈਕਟਰ ਸ਼ੋਰੂਮ, ਨਜ਼ਰ ਮਿਲਰ ਟਰੈਕਟਰ, ਹੈਸਕੋਲ ਦਾ ਪੰਪ ਹੈ ਜੀ ਨਾਲ ਹੀ ਇੱਥੇ ਮਾਰਕੀਟ ਦੇ ਵਿੱਚ, ਉੱਥੇ ਤੁਸੀਂ ਆ ਕੇ ਇਹਨਾਂ ਕੋਲ ਮਜ਼ੀਦ ਇਹ ਟਰੈਕਟਰ ਬੁੱਕ ਵੀ ਕਰਵਾ ਸਕਦੇ ਹੋ ਔਰ ਆਪਣੀ ਐਪਲੀਕੇਸ਼ਨ ਵੀ ਤੁਸੀਂ ਦੇ ਸਕਦੇ ਹੋ ਅਗਰ ਨਹੀਂ ਤੁਹਾਨੂੰ ਪਤਾ ਚੱਲਦਾ। ਅਤੇ ਬਾਕੀ ਲਓ ਜੀ ਦੋਸਤੋ, ਜਿਹੜਾ ਨਵਾਂ ਮਾਡਲ ਤੁਹਾਨੂੰ ਦਿਖਾਇਆ ਇਹਦੇ ਬਾਰੇ ਔਰ ਵੀਡੀਓ ਦੇ ਬਾਰੇ ਆਪਣੀ ਰਾਏ ਜ਼ਰੂਰ ਦਿਓ, ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ, ਵੀਡੀਓ ਦੇਖਣ ਦਾ ਸ਼ੁਕਰੀਆ, ਅੱਲਾ ਹਾਫਿਜ਼।